ਡੈਡ ਜੀ, ਉਹ ਗੱਲ ਸੁਣੀ, ਮੈਨੂੰ ਭਾਲ ਯਾਰ, ਮੈਂ ਆਉਂਦਾ ਵਾਂ, ਗਲਤ ਹੋ ਗਿਆ ਵਾ ਕੰਮ। ਨਹੀਂ ਯਾਰ, ਇਹ ਤਾਂ ਕਰੀਏ ਕਰ ਪਾ। ਠੀਕ ਸਾਂਝਦਾ ਭਾਜੀ ਹਲ ਵੇਖ ਯਾਰ, ਡੈਡੀ ਨੂੰ ਆਵਾਜ਼ ਮਾਰਨਾ ਤੇ ਉਹਨੂੰ ਪੁੱਛਣਾ ਭਲਾ ਡੈਡੀ ਡੈਡੀ ਯਾਰ ਦੱਸ ਲਵਲੀ ਮਾਸਟਰ, ਮੈਨੂੰ ਉੱਥੇ ਬਹਿਣਾ ਤੇ ਯਾਰ, ਇਹਨੇ ਇਹਨੇ ਹੱਸੀ ਜਾਣ। ਚੱਲ ਯਾਰ ਡੈਡੀ, ਡੈਡ ਜੀ ਗੱਲ ਹਾਂਜੀ ਸੁਣਿਓ, ਮੈਂ ਤੁਹਾਡੇ ਵੱਲ ਹੀ ਚੱਲਿਆ ਸੀ। ਹਾਂਜੀ ਦੱਸੋ। ਜੋ ਬਣਾਇਆ ਸੀ ਮੇਰੇ ਵੱਲ ਕੀ ਕਹਿੰਦਾ? ਤੇ ਉਹ ਕਹਿਣ ਡਿਆ ਸੀ ਮੈਂ ਪਿੰਡ ਚੱਲਿਆ ਵਾਂ, ਤੇ ਮੈਂ ਚੱਲ ਕੋਈ ਗੱਲ ਨਹੀਂ ਹੋਵੋ। ਅੱਛਾ, ਤੇ ਨਾਲੇ ਇੱਕ ਹੋਰ ਡਿਆ ਸਲਾਹ ਮਸਲਾ ਬਣਦਾ, ਉਹ ਨਾਲੇ ਇੱਕ ਹੋਰ ਡਿਆ ਸਲਾਹ ਮਸਲਾ ਕਰਨ, ਆਖਣ ਡਿਆ ਸੀ ਵੀ ਮੈਂ ਵੱਡੀ ਕੰਟਰੀ 'ਚ ਜਾਣਾ। ਉਹ ਤਾਂ ਫਿਰ ਤੂੰ ਵੱਡਾ ਭਰਾ ਸੀ ਤੇ ਤੇਰੀ ਹੁਣ ਸਲਾਹ ਲੈਣ ਤੇ ਲੈਣੀ ਸੀ ਉਹਨੇ। ਮੰਮਾ ਕੁੜੀ ਦਾ ਟਾਈਮ ਹੋ ਗਿਆ। ਚਲ ਚਲੋ ਯਾਰ, ਮੈਂ ਕਹਿੰਦਾ ਮੈਂ ਚੱਲ ਯਾਰ, ਚੰਗਾ ਭਲਾ ਤੁਰਿਆ ਕੰਮ ਅੜ ਗਿਆ ਵਿੱਚ। ਚੱਲ ਯਾਰ, ਨਹੀਂ ਹੁਣ ਮੈਂ ਉੱਠਾ ਕਿਹੜੀ ਗੱਲ ਕਹਿ ਕੇ ਇਹਨਾਂ ਨੂੰ? ਆਪਣੀ ਮਰਜ਼ੀ ਕਰੋ ਤੁਸੀਂ, ਆਹੋ ਇਹੋ ਗੱਲ ਕਾਲੀ ਆ, ਆਪਣੀ ਮਰਜ਼ੀ ਕਰੋ ਤੁਸੀਂ। ਸਾਰੇ ਕਾਲੇ ਤੋਂ ਬਾਅਦ ਕਹਿਣੀ ਵੀ ਤੇਈ ਦਾ ਹੁੰਦਾ ਜਣੀਆਂ ਨੂੰ, ਠੀਕ ਹੈ ਨਾ, ਤੇ ਜੜਾ ਕਰਕੇ ਬਹਿ ਜਾਓ ਘਰ ਦਾ। ਮੈਂ ਕਹੂੰਗਾ ਵੀ ਤੁਸੀਂ ਘਰ ਚ ਕੰਧ ਮਰਾਉਣੀ ਜੇ ਤੁਹਾਨੂੰ ਮੈਂ ਦੱਸਾਂ। ਚੱਲ ਜੇ ਤੇਰਾ ਵੱਡਾ ਭਰਾ ਸੀ, ਚੱਲ ਇਹਦਾ ਗਲਤ ਚਲਾ ਗਿਆ। ਓਏ ਮੈਂ ਇਹੋ ਗੱਲ ਕਹਿਣ ਡਿਆ ਵਾ ਵੀ ਜੇ ਤੂੰ ਵੱਡਾ ਭਰਾ ਤੇਰੀ ਸਲਾਹ ਲੈਣ ਚੱਲ ਗਿਆ ਤੇ ਫਿਰ ਆਖ। ਚਲੋ ਯਾਰ, ਚਲੋ ਯਾਰ, ਲਵਲੀ ਜੇ ਤੂੰ ਉਹਦਾ ਵੱਡਾ ਭਰਾ ਹਾਂ ਤੇ ਤੇਰੀ ਉਹਨੇ ਸਲਾਹ ਹੀ ਲੈ ਲਈ ਆ ਤੇ ਉਹਨੇ ਮਾੜਾ ਕੀ ਕੀਤਾ ਵਾ? ਉਹ ਪਰ ਭਾਜੀ ਪੈਸੇ ਲਾਉਣੇ ਕਿੱਥੋਂ ਆ? ਉਹ ਭਾਜੀ ਕਹਿਤਾ ਈ ਲੈ ਲਾ। ਨਹੀਂ ਨਹੀਂ ਕੱਟ ਲਾ, ਹੋ ਜਾਣਾ ਮਸੀਨ, ਉਹ ਭਾਜੀ ਨਿਕਲ ਗਿਆ ਮੋਟਾ ਫੇਰ ਕਰ। ਲਵਲੀ ਜੇ ਤੂੰ ਉਹਦਾ ਵੱਡਾ ਭਰਾ ਹਾਂ ਤੇ ਤੇਰੀ ਉਹਨੇ ਸਲਾਹ ਲੈ ਲਈ ਆ ਤੇ ਮਾੜਾ ਕੀ ਕੀਤਾ ਉਹਨੇ? ਉਹ ਸਲਾਹ ਤੇ ਉਹਨੇ ਉਦੋਂ ਨਹੀਂ ਲਈ ਜਦੋਂ ਵਿਆਹ ਸੀ, ਉਦੋਂ ਵੀ ਤੁਸੀਂ ਤਰਲੇ ਮਰਾਉਂਦੇ ਰਹੇ ਸਾਡੇ। ਤੇ ਤੋਂ ਜੋ ਹੁਣ ਉਹ ਕਹਿੰਦਾ ਉਹਦੀ ਮਰਨੀ ਪੈਣੀ ਆ ਤੇ ਗਲਤ ਹੋ ਗਿਆ ਕਿ ਰਪਿੰਦਰ ਮੈਂ ਆ ਇਹਨੇ ਬੜਾ ਟਾਈਮ ਹੋ ਗਿਆ, ਦੁਬਾਰਾ ਕਰੇ ਸ਼ੁਰੂ ਤੇ ਜਾ ਮੇਰੀ ਧੀ ਪੁੱਛ ਲਾ ਚੰਗਾ। ਹਾਂਜੀ ਮੈਂ ਪੁੱਛ ਲਈ। ਚੱਲ ਸਾਰੇ ਕੰਮ ਨਾ ਬੜੇ ਵਧੀਆ ਹੋ ਗਏ ਆ, ਚੱਲ ਇਹ ਵੀ ਹੁਣ ਸਾਰਾ ਹੀ ਨਾ, ਇੱਕ ਮਿੰਟ ਗਲਤ ਹੋ ਗਿਆ ਮੜਾਈਆ। ਚੱਲ ਨਾ ਸਾਰੇ ਕੰਮ ਬੜੇ ਵਧੀਆ ਹੋ ਗਏ ਆ, ਇਹ ਹੁਣ ਮੰਮੀ ਵੀ ਖੁਸ਼ ਨੇ, ਸਾਰੇ ਜੀ ਐਂ ਖੁਸ਼ ਫਿਰਨ ਦੇ ਆ। ਚੱਲ ਬਾਬਾ ਜੀ ਹੁਣ ਗੜੀ ਨਾ
ਇਦਾਂ ਹੀ ਵਧੀਆ ਵਧੀਆ ਟਾਈਮ ਲੰਘਦਾ ਜਾਵੇ। ਮੈਂ 8 ਦਿਨ ਤੇ ਕੱਢ ਤੂੰ ਕੋਈ ਗੱਲ ਨਹੀਂ। ਹੋਰ ਦੀਦੀ ਭੈਣ ਭਰਾ ਜਾਂਦਾ ਪਰ ਹਾਂ ਵਧੀਆ ਜੋਤ ਕਰ ਲੈਣਾ ਸੀ ਆਪੇ ਕਰ ਲਿਆ ਕੰਮ ਸਾਰਾ। ਹਾਂਜੀ ਹੋ ਗਿਆ ਕੰਮ। ਹਾਂਜੀ ਹਾਂਜੀ ਰਹਿਣ ਦੇਣਾ ਸੀ ਸਗੋਂ ਮੰਮੀ ਹੁਣਾਂ ਕਰ ਲੈਣਾ ਸੀ ਆਪੇ। ਕੋਈ ਗੱਲ ਨਹੀਂ ਮੈਂ ਵੀ ਕੀ ਕਰਨਾ ਸੀ ਵਿਹਲੀ ਨੇ ਅਤੇ ਕਮਰੇ ਦੀ ਹੀ ਸਾਫ਼ ਸਫਾਈ ਬਾਕੀ ਤਾਂ ਮੰਮੀ ਹੁਣੀ ਕਰਨ ਨਹੀਂ ਦਿੰਦੇ। ਨਿਬੜ ਗਿਆ ਕੰਮ? ਹਾਂਜੀ ਹਾਂਜੀ ਕੰਮ ਰਹਿਣ ਦੋ। ਹਾਂਜੀ ਭਾਅ ਜੀ ਸਭ ਠੀਕ ਠਾਕ ਵਧੀਆ ਵਧੀਆ। ਹਾਂਜੀ ਹਾਂਜੀ ਭਾਅ ਜੀ ਤੁਸੀਂ ਕਰ ਦਿਓ ਫੋਨ। ਚੱਲੇ ਕਿਤੇ? ਉਹ ਯਾਰ ਦੋਸਤ ਮੁੰਡਾ ਫੋਨ ਕਰਨ ਡਿਆ ਸੀ। ਅੱਛਾ ਮੁੰਡੇ ਹੀ ਅਜੇ ਸਾਰੇ ਕਿ ਬੁੱਢੇ ਨਹੀਂ ਹੋਣੇ? ਡੈਡੀ ਚੱਲੇ ਕਿਤੇ? ਉਹ ਯਾਰ ਲਾਡੀ ਦਾ ਫੋਨ ਆਉਂਦਾ ਜਾਣਾ। ਮੈਂ ਤੇਰੇ ਨਾਲ ਗੱਲ ਕਰਨੀ ਸੀ। ਦੱਸੋ ਵੀ ਜਾਣ ਲੱਗੇ ਨਾ ਇੱਕ ਡੱਬਾ ਲੈ ਜਿਓ। ਜ਼ਰੂਰ ਉੱਥੇ ਲੈ ਜਾ ਕੋਈ ਵੀ ਤੇ ਨਾਲ ਫਰੂਟ ਦੁਬਾਰਾ ਕਰੋ। ਇਹੀ ਅੱਛਾ ਤੇ ਪੈਸੇ ਹੈਗੇ ਮੇਰੇ ਕੋਲ ਕੋਈ ਗੱਲ ਨਹੀਂ ਫਿਕਰ ਨਾ ਕਰੋ। ਤੇ ਜਦੋਂ ਜਾਣਾ ਵਾ ਨਾ ਤਾਂ ਸਵੀਟ ਲੈ ਜਿਓ ਨਾਲ। ਠੀਕ ਆ ਕੋਈ ਗੱਲ ਨਹੀਂ ਪੁੱਤ ਕੁਝ ਸਵੀਟ ਲੈ ਜਿਓ ਤੇ ਨਾਲ ਨਾਲ ਫਰੂਟ ਵੀ ਲੈ ਜਿਓ। ਪੁੱਤ ਜਾਣ ਲੱਗੇ ਨਾ ਖਾਣ ਪੀਣ ਨੂੰ ਸਮਾਨ ਲੈ ਜਿਓ। ਜੋਤ ਨੂੰ ਪੁੱਛ ਲਿਓ ਵੀ ਕੀ ਉਹਨਾਂ ਨੂੰ ਚੰਗਾ ਲੱਗਦਾ ਉਹ ਹੀ ਤੁਸੀਂ ਖੜਿਓ। ਯਾਰ ਅਜੇ ਤੱਕ ਮੁੰਡਾ ਆਇਆ ਹੀ ਨਹੀਂ ਆ। ਉਹਦਾ ਹੀ ਆ ਗਿਆ ਅਜੇ ਤੱਕ ਆਇਆ ਨਹੀਂ। ਚੱਲ ਦੇਖ ਲੈਂਦਾ ਵਾ ਹੋਰ ਅਤੇ ਆ ਜਾਗਾ। ਉਹ ਯਾਰ ਜੋ ਬੰਦਾ ਵਿਆਹ ਕਰਕੇ ਨੇ ਇਹਨਾਂ ਨੇ ਸਿਆਪੇ ਹੀ ਖੜੇ ਕਰਤੇ ਮੇਰੇ ਪੰਜਾਬੀਆਂ। ਅਜੇ ਕੱਲ੍ਹ ਵਿਆਹ ਹੋਇਆ ਉਹ ਕੀ ਪਤਾ ਤੈਨੂੰ ਜਾਣ ਦਾ ਨਸੀਬ ਹੋਣਾ। ਉਹ ਸੁਪਨੇ ਤਾਂ ਬੜੇ ਵੇਖਣ ਡਿਆ ਵਾਂ ਕੀ ਪਤਾ ਉੱਥੇ ਜਾਣਾ ਨਸੀਬ ਹੋਣਾ ਵੀ ਆ ਕਿ ਨਹੀਂ ਹੋਣਾ। ਸਹੁਰਿਆਂ ਦਾ ਤਾਂ ਹੋ ਗਿਆ ਹਾਂ। ਡੈਡ ਜੀ ਉਹ ਗੱਲ ਸੁਣੀ ਮੈਨੂੰ ਭਾਲ ਯਾਰ ਮੈਂ ਆਉਂਦਾ ਵਾਂ ਗਲਤ ਹੋ ਗਿਆ ਵਾ ਕੰਮ। ਡੈਡੀ ਨੂੰ ਆਵਾਜ਼ ਮਾਰਨਾ ਤੇ ਉਹਨੂੰ ਪੁੱਛਣਾ ਭਲਾ ਡੈਡੀ ਡੈਡੀ ਯਾਰ ਦੱਸ ਲਵਲੀ ਮਾਸਟਰ ਮੈਨੂੰ ਉੱਥੇ ਬਹਿਣਾ ਤੇ ਯਾਰ ਇਹਨੇ ਇਹਨੇ ਹੱਸੀ ਜਾਣ ਚੱਲ ਯਾਰ ਡੈਡੀ। ਡੈਡ ਜੀ ਗੱਲ ਸੁਣਿਓ ਮੈਂ ਤੁਹਾਡੇ ਵੱਲ ਹੀ ਚੱਲਿਆ ਸੀ। ਹਾਂਜੀ ਦੱਸੋ। ਜੋ ਬਣਾਇਆ ਸੀ ਮੇਰੇ ਵੱਲ ਕੀ ਕਹਿੰਦਾ? ਤੇ ਉਹ ਕਹਿਣ ਡਿਆ ਸੀ ਮੈਂ ਪਿੰਡ ਚੱਲਿਆ ਵਾਂ ਤੇ ਮੈਂ ਚੱਲ ਕੋਈ ਗੱਲ ਨਹੀਂ ਹੋਵੋ। ਅੱਛਾ ਤੇ ਨਾਲੇ ਇੱਕ ਹੋਰ ਡਿਆ ਸਲਾਹ ਮਸਲਾ ਬਣਦਾ ਉਹ ਨਾਲੇ ਇੱਕ ਹੋਰ ਡਿਆ ਸਲਾਹ ਮਸਲਾ ਕਰਨ ਆਖਣ ਡਿਆ ਸੀ ਵੀ ਮੈਂ ਵੱਡੀ ਕੰਟਰੀ 'ਚ ਜਾਣਾ। ਉਹ ਤਾਂ ਫਿਰ ਤੂੰ ਵੱਡਾ ਭਰਾ ਸੀ ਅਤੇ ਤੇਰੀ ਹੁਣ ਸਲਾਹ ਲੈਣ 'ਤੇ ਲੈਣੀ ਸੀ ਉਹਨੇ ਮੰਮਾ ਕੁੜੀ ਦਾ ਟਾਈਮ ਹੋ ਡਿਆ ਆਪਣੀ ਮਰਜ਼ੀ ਕਰੋ ਤੁਸੀਂ ਆਹੋ ਇਹੋ ਗੱਲ ਕਾਲੀ ਆ ਆਪਣੀ ਮਰਜ਼ੀ ਕਰੋ ਠੀਕ ਆ ਨਾ ਜਣਾ ਕਰਕੇ ਬਹਿ ਜਾਓ ਘਰ ਦਾ।
ਮੈਂ ਕਹੂੰਗਾ ਵੀ ਤੁਸੀਂ ਘਰ ਚ ਕੰਧ ਮਰਾਉਣੀ ਜੇ ਤੁਹਾਨੂੰ ਮੈਂ ਦੱਸਾਂ। ਚੱਲ ਜੇ ਤੇਰਾ ਵੱਡਾ ਭਰਾ ਸੀ ਚੱਲ ਇਹਦਾ ਗਲਤ ਚਲਾ ਗਿਆ। ਮੈਂ ਇਹੋ ਗੱਲ ਕਹਿਣ ਡਿਆ ਵਾ ਵੀ ਜੇ ਤੂੰ ਵੱਡਾ ਭਰਾ ਤੇਰੀ ਸਲਾਹ ਲੈਣ ਚੱਲ ਗਿਆ ਤੇ ਫਿਰ ਆਖ ਖਾਣ ਇੱਕ ਤੂੰ ਦੱਸਿਆ ਮੈਨੂੰ ਉਹ ਚੇਤੇ ਆਈ ਜਾਂਦੇ। ਚੱਲ ਯਾਰ ਇੱਕ ਕਾਲਾ ਬੜਾ ਪੈਂਦਾ ਚੱਲ ਯਾਰ ਭਲਾ ਮਾਨਸੀ ਸਾਰਿਆਂ ਨੂੰ ਉਧਰ ਵੇਖਲਾ ਚਲੋ ਚਲ ਏਦਾਂ ਕਰ ਲੋ ਯਾਰ ਲਵਲੀ ਜੇ ਤੂੰ ਉਹਦਾ ਵੱਡਾ ਭਰਾ ਹਾਂ ਤੇ ਤੇਰੀ ਉਹਨੇ ਸਲਾਹ ਹੀ ਲੈ ਲਈ ਆ ਤੇ ਉਹਨੇ ਮਾੜਾ ਕੀ ਕੀਤਾ ਵਾ। ਉਹ ਪਰ ਭਾਜੀ ਪੈਸੇ ਲਾਉਣੇ ਕਿੱਥੋਂ ਆ ਉਹ ਭਾਜੀ ਕਹਿਤਾ ਹੀ ਲੈ ਲਾ ਨਹੀਂ ਨਹੀਂ ਕੱਟ ਲਾ ਹੋ ਜਾਣਾ ਮਸੀਨ ਉਹ ਭਾਜੀ ਨਿਕਲ ਗਿਆ ਮੋਟਾ ਫੇਰ ਕਰ। ਲਵਲੀ ਜੇ ਤੂੰ ਉਹਦਾ ਵੱਡਾ ਭਰਾ ਹਾਂ ਤੇ ਤੇਰੀ ਉਹਨੇ ਸਲਾਹ ਲੈ ਲਈ ਆ ਤੇ ਮਾੜਾ ਕੀ ਕੀਤਾ ਉਹਨੇ। ਉਹ ਸਲਾਹ ਤੇ ਉਹਨੇ ਉਦੋਂ ਨਹੀਂ ਲਈ ਜਦੋਂ ਵਿਆਹ ਸੀ ਉਦੋਂ ਵੀ ਤੁਸੀਂ ਤਰਲੇ ਮਰਾਉਂਦੇ ਰਹੇ ਸਾਡੇ ਤੇ ਤੋਂ ਆ ਜੋ ਹੁਣ ਉਹ ਕਹਿੰਦਾ ਉਹਦੀ ਮਰਨੀ ਪੈਣੀ ਆ ਤੇ ਗਲਤ ਹੋ ਗਿਆ ਕਿ ਰਪਿੰਦਰ ਮੈਂ ਆਏ ਨਹੀਂ ਬੈਠ ਟਾਈਮ ਹੋ ਗਿਆ ਦੁਬਾਰਾ ਕਰੇ ਸ਼ੁਰੂ ਤੇ ਜਾ ਮੇਰੀ ਧੀ ਪੁੱਛ ਲਾ ਚੰਗਾ। ਹਾਂਜੀ ਮੈਂ ਪੁੱਛ ਲੈਂਦੀ। ਚੱਲ ਸਾਰੇ ਕੰਮ ਨਾ ਬੜੇ ਵਧੀਆ ਹੋ ਗਏ ਆ ਚੱਲ ਇਹ ਵੀ ਹੁਣ ਸਾਰਾ ਹੀ ਨਾ ਇੱਕ ਮਿੰਟ ਗਲਤ ਹੋ ਗਿਆ ਮੜਾਈਆ ਚੱਲ ਨਾ ਸਾਰੇ ਕੰਮ ਬੜੇ ਵਧੀਆ ਹੋ ਗਏ ਆ ਇਹ ਹੁਣ ਮੰਮੀ ਵੀ ਖੁਸ਼ ਨੇ ਸਾਰੇ ਜੀ ਐਂ ਖੁਸ਼ ਫਿਰਨ ਦੇ ਆ ਅਤੇ ਚੱਲ ਬਾਬਾ ਜੀ ਹੁਣ ਗੜੀ ਨਾ ਇੱਦਾਂ ਹੀ ਵਧੀਆ ਵਧੀਆ ਟਾਈਮ ਲੰਘਦਾ ਜਾਵੇ। ਮੈਂ 8 ਦਿਨ ਤਾਂ ਕੱਢ ਤੂੰ ਕੋਈ ਗੱਲ ਨਹੀਂ ਹੋਰ ਦੀਦੀ ਭੈਣ ਭਰਾ ਜਾਂਦਾ ਪਰ ਹਾਂ ਵਧੀਆ ਜੋਤ ਮੰਮੀ ਹੁਣਾਂ ਕਰ ਲੈਣਾ ਸੀ ਆਪੇ ਕਰ ਲਿਆ ਕੰਮ ਸਾਰਾ। ਹਾਂਜੀ ਹੋ ਗਿਆ ਕੰਮ। ਹਾਂਜੀ ਹਾਂਜੀ ਰਹਿਣ ਦੇਣਾ ਸੀ ਸਗੋਂ ਮੰਮੀ ਹੁਣਾਂ ਕਰ ਲੈਣਾ ਸੀ ਆਪੇ। ਕੋਈ ਗੱਲ ਨਹੀਂ ਮੈਂ ਵੀ ਕੀ ਕਰਨਾ ਸੀ ਵਿਹਲੀ ਨੇ ਅਤੇ ਕਮਰੇ ਦੀ ਹੀ ਸਾਫ਼ ਸਫਾਈ ਬਾਕੀ ਤਾਂ ਮੰਮੀ ਹੋਣੀ ਕਰਨ ਨਹੀਂ ਦਿੰਦੇ। ਨਿਬੜ ਗਿਆ ਕੰਮ। ਹਾਂਜੀ ਹਾਂਜੀ ਕੰਮ ਰਹਿਣ ਹਾਂਜੀ ਭਾਅ ਜੀ ਸਭ ਠੀਕ ਠਾਕ ਵਧੀਆ ਵਧੀਆ। ਹਾਂਜੀ ਹਾਂਜੀ ਭਾਅ ਜੀ ਤੁਸੀਂ ਕਰ ਦਿਓ ਫੋਨ ਚੱਲੇ ਕਿਤੇ ਉਹ ਯਾਰ ਦੋਸਤ ਮੁੰਡਾ ਫੋਨ ਕਰਨ ਡਿਆ ਸੀ। ਅੱਛਾ ਮੁੰਡੇ ਹੀ ਅਜੇ ਸਾਰੇ ਕਿ ਬੁੱਢੇ ਨਹੀਂ ਹੋਣੇ ਡੈਡੀ ਚੱਲੇ ਕਿਤੇ। ਉਹ ਯਾਰ ਲਾਡੀ ਦਾ ਫੋਨ ਆਉਂਦਾ ਜਾਣਾ ਇਹ ਮੈਂ ਤੇਰੇ ਨਾਲ ਗੱਲ ਕਰਨੀ ਸੀ। ਦੱਸੋ ਵੀ ਜਾਣ ਲੱਗੇ ਨਾ ਇੱਕ ਡੱਬਾ ਲਿਆ ਜਿਓ ਜ਼ਰੂਰ ਉਹ ਲੈ ਜਾ ਕੋਈ ਵੀ ਤੇ ਨਾਲ ਫਰੂਟ ਦੁਬਾਰਾ ਕਰੋ ਇਹ ਜੇ ਅੱਛਾ ਤੇ ਪੈਸੇ ਹੈਗੇ ਮੇਰੇ ਕੋ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੇ ਜਦੋਂ ਜਾਣਾ ਵਾ ਨਾ ਤਾਂ ਸਵੀਟ ਲਿਆ ਜਿਓ ਨਾਲ। ਠੀਕ ਆ ਕੋਈ ਗੱਲ ਪੁੱਤ ਕੁਝ ਸਵੀਟ ਲਿਆ ਜਿਓ ਤੇ ਨਾਲ ਨਾਲ ਫਰੂਟ ਵੀ ਲਿਆ ਜਿਓ। ਪੁੱਤ ਜਾਣ ਲੱਗੇ ਨਾ ਖਾਣ ਪੀਣ ਨੂੰ ਸਮਾਨ ਲੈ ਜਾਓ ਜੋਤ ਨੂੰ ਪੁੱਛ ਲਿਓ ਵੀ ਕੀ ਉਹਨਾਂ ਨੂੰ ਚੰਗਾ ਲੱਗਦਾ ਉਹ ਹੀ ਤੁਸੀਂ ਖੜਿਓ।
ਯਾਰ ਅਜੇ ਤੱਕ ਮੁੰਡਾ ਆਇਆ ਹੀ ਨਹੀਂ ਆ, ਉਹਦਾ ਹੀ ਆ ਗਿਆ, ਅਜੇ ਤੱਕ ਆਇਆ ਨਹੀਂ। ਚੱਲ ਦੇਖ ਲੈਂਦਾ ਵਾ ਹੋਰ ਅਤੇ ਆ ਜਾਗਾ। ਉਹ ਯਾਰ ਜੋ ਬੰਦਾ ਵਿਆਹ ਕਰਕੇ ਨੇ ਇਹਨਾਂ ਨੇ ਸਿਆਪੇ ਹੀ ਖੜੇ ਕਰਤੇ ਮੇਰੇ ਮਿਲਿਆ ਵੀ, ਅਜੇ ਕੱਲ੍ਹ ਵਿਆਹ ਹੋਇਆ। ਉਹ ਕੀ ਪਤਾ ਤੈਨੂੰ ਜਾਣ ਦਾ ਨਸੀਬ ਹੋਣਾ, ਉਹ ਸੁਪਨੇ ਤਾਂ ਬੜੇ ਵੇਖਣ ਡਿਆ ਵਾਂ, ਕੀ ਪਤਾ ਉੱਥੇ ਜਾਣਾ ਨਸੀਬ ਹੋਣਾ ਵੀ ਆ ਕਿ ਨਹੀਂ ਹੋਣਾ। ਸਹੁਰਿਆਂ ਦਾ ਤਾਂ ਹੋ ਗਿਆ ਹਾਂ।